ਮੈਨੂੰ ਮਾਲ ਸਮਝ ਕੇ ਇੱਕ ਇੱਕ ਨਹੀਂ ਸਾਡੇ ਅੱਜ ਦੇ ਚੀਫ ਗੈਸਟ ਜਨਾਬ ਹਾਜੀ ਆਸਿਫ ਜੋਈਆ ਸਾਹਿਬ ਦਿਲ ਦੀਆਂ ਥਾਗਰਾਈਆਂ ਨਾਲ ਸ਼ੁਕਰੀਆ ਅਦਾ ਕਰ ਰਹੇ ਹਾਂ ਲੇਟ ਆਇਓ ਤਸ਼ਰੀਫ ਲੈ ਆਇਓ ਜੁਮਲਾ ਬਾਬ ਮੈਨੂੰ ਬਾਲ ਸਮਝ ਕੇ ਇੱਕ ਇੱਕ ਨਹੀਂ ਮੁਜ਼ੰਮਲ ਭਾਈ ਬਲਕਿ ਬੜੇ ਖੂਬਸੂਰਤ ਨਕੀਬ ਸਾਡੇ ਬੜੇ ਅੱਛੇ ਸਨਾ ਖਾਨ ਮੁਸਤਫਾ ਤਸ਼ਰੀਫ ਫਰਮਾਇਨ ਇਹਨਾਂ ਨੂੰ ਵੇਖ ਕੇ ਜ਼ਰੂਰਤ ਨਹੀਂ ਲੇਕਿਨ ਇਹ ਦੋ ਜੁਮਲਿਆਂ ਚ ਬੈਸ ਦਾ ਪਸੇ ਮੰਦਰ ਦੱਸਾਂ ਜਿਹੜੇ ਬਿਨਾਂ ਪਰੇਸ਼ਾਨ ਹੋ ਗਏ ਨਾ ਤਾਂ ਮੈਨੂੰ ਬਾਲ ਸਮਝ ਕੇ ਇੱਕ ਇੱਕ ਨਹੀਂ ਇਹ ਕੌਣ ਪਿਆਦਾ ਤੇ ਕਿਹਨੂੰ ਪਿਆਦਾ ਹੈ ਜੰਗ ਦਾ ਮਾਹੌਲ ਹੈ ਜੀ ਕਿਬਲਾ ਜੰਗ ਦਾ ਮਾਹੌਲ ਹੈ ਇੱਕ ਪਾਸੇ ਲੱਖਾਂ ਦੀ ਫੌਜ ਹੈ ਇੱਕ ਪਾਸੇ ਮੁਖਤਸਰ ਜੀ ਲਸ਼ਕਰ ਹੈ ਜਨਾਬੇ ਮਲਕ ਨਦੀਮ ਬੱਟੂ ਸਾਹਿਬ ਫਖਰੇ ਰਾਵੀ ਸਾਈ ਜੰਗ ਦਾ ਮਾਹੌਲ ਮੰਜ਼ਰ ਵੇਖਣਾ ਦੇਣ ਚ ਰੱਖਣਾ ਥੱਕੇ ਜ਼ਰੂਰ ਬੈਠੇ ਹੋ ਲੇਕਿਨ ਇਨਸ਼ਾਅੱਲਾ ਜਿਹਨਾਂ ਬੰਦਿਆਂ ਦੇ ਦਿਲ ਚ ਮੁਹੱਬਤ ਤੇ ਥਗੇੜੇ ਲੈ ਜਾ ਸਕ ਸਾਈ ਪਿਛਲੇ ਬਿਰਾ ਖਸੂਸੀ ਤਵੱਜੋ ਕਰਨੀ ਹੈ 9 ਲੱਖ ਦੇ ਮੁਕਾਬਲੇ ਚ ਕਮ ਸਨ ਮੁਜਾਹਿਦ ਇਸਲਾਮ ਘੋੜੇ ਤੇ ਸਵਾਰ ਹੋ ਕੇ ਮੈਦਾਨ ਜੰਗ ਚ ਪਹੁੰਚਿਆ ਹੈ ਤਾਰੀਖ ਦੱਸਦੀ ਹੈ ਜੋਈਆ ਸਾਹਿਬ ਜਨਾਬੇ ਰਾਜਾ ਜ਼ਹੂਰ ਸਾਹਿਬ ਤਾਰੀਖ ਦੱਸਦੀ ਹੈ ਕਮੋ ਬੇਸ਼ 13 ਸਾਲ ਉਮਰ ਹੈ ਉਸ ਮੁਜਾਹਿਦ ਇਸਲਾਮ ਦੀ 13 ਸਾਲ ਦੇ ਮੁਜਾਹਿਦ ਇਸਲਾਮ ਦੇ ਮੁਕਾਬਲੇ ਚ 9 ਲੱਖ ਥੜਥੱਲੀ ਮੱਚ ਗਈ ਹੈ ਵੀ ਕੌਣ ਜਾਵੇ ਇੱਕ ਦੋ ਨੂੰ ਅਰਕਾ ਮਰੇ ਦੇ ਪੈਣ ਤੂੰ ਜਾ ਸਾਈ ਤਾਰੀਖ ਦੇ ਮੁਤਾਬਿਕ ਤਾਰੀਖ ਨਾਲ ਪਿਆਰ ਕਰਨ ਵਾਲੇ ਬੰਦੇ ਜਿਹੜੇ ਬੈਠੇ ਹਨ ਅਰਜ਼ਖ ਨਾਮ ਦਾ ਇੱਕ ਜੰਗਜੂ ਹੈ ਉਸ ਦੇ 4 ਪੁੱਤਰ ਜੰਗ ਵਿੱਚ ਮੌਜੂਦ ਹਨ ਅਰਬ ਦਾ ਬਹੁਤ ਬੜਾ ਜੰਗਜੂ ਹੈ ਤੇ 4 ਪੁੱਤਰਾਂ ਨੂੰ ਸਾਰੀ ਜ਼ਿੰਦਗੀ ਬਚਪਨ ਲਾ ਟ੍ਰੇਨਿੰਗ ਦਿੱਤੀ ਸੀ ਜੰਗ ਦੀ ਕਾਜੀ ਸਾਹਿਬ ਹਾਜੀ ਸਾਹਿਬ ਟ੍ਰੇਨਿੰਗ ਦਿੱਤੀ ਸੋ ਆਪਣੇ ਵੱਡੇ ਪੁੱਤਰ ਨੂੰ ਆਦਾ ਜਾ ਸ਼ਹਿਜ਼ਾਦੇ ਦੇ ਮੁਕਾਬਲੇ ਚ ਨਾ ਬਣਾਵਣਾ ਹੀ ਤਾਂ ਜਾ ਬੜਾ ਡਰਦਾ ਅਰਜ਼ਖ ਦਾ ਪੁੱਤਰ ਕਰੀਬ ਆਇਆ ਹੈ ਘੋੜੇ ਦੇ ਨਾਲ ਘੋੜਾ ਰਲਿਆ ਨਾ ਤੇ ਅਰਜ਼ਖ ਦਾ ਪੁੱਤਰ ਸ਼ਹਿਜ਼ਾਦੇ ਨੂੰ ਆਦਾ ਸ਼ਹਿਜ਼ਾਦਾ ਵਾਰ ਕਰ ਜੁਮਲਾ ਬਿਰਾਵਾਂ ਦੇ ਹਿੱਸੇ ਦਾ ਮਨਜ਼ੂਰ ਸੈਨ ਸਫਦਰ ਸਾਹਿਬ ਜਿਸਲੇ ਉਸਾ ਕਹਿੰਦਾ ਸ਼ਹਿਜ਼ਾਦੇ ਨੂੰ ਵਾਰ ਕਰ ਸ਼ਹਿਜ਼ਾਦਾ ਮੁਸਕਰਾ ਕੇ ਫਰਮਾਇੰਦਾ ਤੂੰ ਵਾਰ ਕਰ ਸਾਨੂੰ ਪਹਿਲੇ ਵਾਰ ਕਰਨ ਸਾਡਿਆਂ ਵੱਡਿਆਂ ਦੱਸਿਆ ਹੀ ਨਹੀਂ ਸਲਾਮਤ ਰਹੋ ਪੀਰ ਅਲਤਾਫ ਸ਼ਾਹ ਜੀ ਬਹੁਤ ਸ਼ੁਕਰੀਆ ਉਹ ਬਿਸਮਿਲਾ ਕਰਾਂ ਜੀ ਇਹ ਜਨਾਬ ਬਿਸਮਿਲਾ ਦੁਆ ਦਾ ਹੀ ਨਾਮ ਹੈ ਸਹੀ ਤਵੱਜੋ ਕਰਨੀ ਹੈ ਜਿਸਲੇ ਅਰਜ਼ਖ ਦੇ ਪੁੱਤਰ ਵਾਰ ਕੀਤਾ ਨਾ ਸ਼ਹਿਜ਼ਾਦੇ ਵਾਰ ਦਾ ਦਿਫਾ ਕਰਕੇ ਪਹਿਲੇ ਵਾਰ ਨਾਲ ਗਰਦਨ ਉਡਾ ਦਿੱਤੀ ਪਹਿਲੇ ਵਾਰ ਨਾਲ ਸਰ ਉਡਾ ਦਿੱਤਾ ਹੈ ਸਹੀ ਅਰਜ਼ਖ ਦਾ ਦੂਆ ਪੁੱਤਰ ਆਪਣੇ ਬਿਰਾ ਨੂੰ ਲੱਥ ਪੱਤ ਵੇਖ ਕੇ ਹਲਾਕ ਵੇਖ ਕੇ ਜਲਦੀ ਨਾਲ ਘੋੜੇ ਤੇ ਆਇਆ ਹੈ ਸ਼ਹਿਜ਼ਾਦੇ ਵਾਰ ਦਾ ਦਿਫਾ ਕੀਤਾ ਹੈ ਪਹਿਲੇ ਵਾਰ ਤੇ ਗਰਦਨ ਸਰ ਤੰਤ ਜੁਦਾ ਤ੍ਰੀਆ ਪੁੱਤਰ ਆਇਆ ਪਹਿਲੇ ਵਾਰ ਤੇ ਗਰਦਨ ਤੰਤ ਜੁਦਾ ਚੌਥਾ ਪੁੱਤਰ ਆਇਆ ਹੈ ਪਹਿਲੇ ਵਾਰ ਤੇ ਗਰਦਨ ਤੰਤ ਜੁਦਾ ਅਰਜ਼ਖ ਆਪ ਗਜ਼ਬਨਾਕ ਹੋ ਕੇ ਮੁਸਾਫਿਰ ਸਾਹਿਬ ਫੁੱਲ ਗੁੱਸੇ ਚੋ ਕੇ 4 ਪੁੱਤਰ ਸਾਹਮਣੇ ਪਏ ਨੇ ਸਾਈਂ ਬੜੇ ਗੁੱਸੇ ਨਾਲ ਗੁਰਜ਼ ਪਵੈਂਦਾ ਆਉਂਦਾ ਹੈ ਤਾਰੀਖ ਦੱਸਦੀ 28 ਮਨ ਦਾ ਗੁਰਜ਼ ਦੇ ਪਹਾੜ ਤੇ ਲੱਗੇ ਤਾਂ ਪਹਾੜ ਤੇ ਤਰੇੜ ਪਾ ਜਾਵੇ ਗੁਰਜ਼ ਪਵੈਂਦਾ ਆਉਂਦਾ ਹੈ ਸਾਹਮਣੇ 13 ਸਾਲਾਂ ਦਾ ਮੁਜਾਹਿਦ ਇਸਲਾਮ ਇਹ ਮੰਜ਼ਰ ਵੇਖਣਾ ਹੈ ਜ਼ੀਨ ਦੀ ਰਾਹਲ ਤੂੰ ਇਰਫਾਨ ਦਾ ਕੁਰਾਨ ਥੋੜਾ ਜਿਹਾ ਬੁਲੰਦ ਹੋਇਆ ਹੈ ਹਜ਼ੂਰ ਬਹੁਤ ਸ਼ੁਕਰੀਆ ਜੀ ਹਲਾਲੀ ਸਲਾਮਤ ਰਹੋ ਜੀਂਦੇ ਵਸਦੇ ਰਹੋ ਜ਼ੀਨ ਦੀ ਰਾਹਲ ਤੂੰ ਇਰਫਾਨ ਦਾ ਕੁਰਾਨ ਬੁਲੰਦ ਹੋਇਆ ਹੈ ਅਰਜ਼ਖ ਦੇ ਵਾਰ ਦਾ ਦਿਫਾ ਕਰਕੇ ਪਹਿਲੇ ਵਾਰ ਨਾਲ ਅਰਜ਼ਖ ਦੀ ਗਰਦਨ ਵੀ ਉਡਾ ਦਿੱਤੀ ਨੇ ਤੇ 9 ਲੱਖ ਦੀ ਫੌਜ ਨੂੰ ਵੇਖ ਕੇ ਮੁਸਕਰਾ ਕੇ ਫਰਮਾਇੰਦੇ ਨੇ ਮੈਨੂੰ ਬਾਲ ਸਮਝ ਕੇ ਇੱਕ ਇੱਕ ਨਹੀਂ ਤੁਸੀਂ ਕਿਸੇ ਮੋਬਾਈਲ ਤੇ ਜੋ ਬਿਸਮਿਲਾ ਜੀ ਮੁਜ਼ੰਮਲ ਸਿਆਲਵੀ ਸਾਹਿਬ ਬਹੁਤ ਸ਼ੁਕਰੀਆ ਹਾਂ ਮੈਨੂੰ ਬਾਹਰ ਲੈਣ ਵੇਖਣੀ ਹੈ ਮੈਨੂੰ ਬਾਲ ਸਮਝ ਕੇ ਇੱਕ ਇੱਕ ਨਹੀਂ ਇੱਕ ਇੱਕ ਨਹੀਂ ਗੱਲੋ ਫੌਜ ਦੀ ਵਲਤਾ ਦਾ ਦੇ ਸਦਾ ਸਲਾਮਤ ਰਹੋ ਜੀ ਬਿਸਮਿਲਾ ਸਾਈਂ ਵਲਤਾ ਦਾ ਕਿਉਂ ਦੂਈ ਲੈਣ ਚ ਵਜਾਂ ਵੇਖਣੀ ਹੈ ਸਾਈਂ ਮੈਨੂੰ ਬਾਲ ਸਮਝ ਕੇ ਇੱਕ ਇੱਕ ਨਹੀਂ ਗੱਲੋ ਫੌਜ ਦੀ ਵਲਤਾ ਦਾ ਦੇ ਕਿਉਂ ਫਰਮਾਇਆ ਮੈਂ ਹਸਨ ਅਮੀਰ ਦਾ ਬਚੜਾ ਹਾਂ ਅੱਬਾਸ ਮੇਰਾ ਉਸਤਾਦ ਸਲਾਮਤ ਰਹੋ ਜੀ ਬਿਸਮਿਲਾ ਜਵਾਨੀਆਂ ਮਾਣੋ ਜੀਂਦੇ ਵਸਦੇ ਰਹੋ ਬਿਸਮਿਲਾ ਹਜ਼ੂਰ ਸਹੀ ਮੈਨੂੰ ਬਾਲ ਸਮਝ ਕੇ ਇੱਕ ਇੱਕ ਨਹੀਂ ਇੱਕ ਇੱਕ ਨਹੀਂ ਗੱਲੋ ਫੌਜ ਦੀ ਵਲਤਾ ਦਾ ਦੇ ਕਿਉਂ ਫਰਮਾਇਆ ਮੈਂ ਹਸਨ ਅਮੀਰ ਦਾ ਬਚੜਾ ਹਾਂ ਅੱਬਾਸ ਮੇਰਾ ਉਸਤਾਦ ਏ ਤੇ ਮੇਰਾ ਅੱਜ ਦਿਲ ਬਣ ਗਿਆ ਏ ਕਿ ਜੰਗ ਵੇਖ ਕੇ ਅੱਜ ਅਲੀ ਕਾਸਿਮ ਦੀ ਜੰਗ ਵੇਖ ਕੇ ਅੱਜ ਅਲੀ ਕਾਸਿਮ ਦੀ ਤਾਰੀਖ ਰੱਖੇ ਸੀ ਯਾਦ ਏ ਓਏ ਹਰ ਜ਼ਰਬ ਤੇ ਫਾਤੇ ਖੈਬਰ ਦਾ ਦੇਸੀ ਨਜਫ ਚੂਆ ਕੇ ਦਾ ਦੇ ਸਲਾਮਤ ਰਹੋ ਬਿਸਮਿਲਾ
साई एक सोना जिया नारा होना चाहिए, नारा हैदरी जवानियां माणो। बिस्मिल्लाह करा, बहुत शुक्रिया।